ਸਤਿ ਸ਼੍ਰੀ ਅਕਾਲ ਜੀ, ਵੈਲਕਮ ਬੈਕ ਟੂ ਮਾਈ ਯੂਟਿਊਬ ਚੈਨਲ। ਆਈ ਹੋਪ ਕਿ ਸਾਰੇ ਬਹੁਤ ਵਧੀਆ ਹੋਵੋਗੇ। ਅਤੇ ਕਾਫੀ ਟਾਈਮ ਬਾਅਦ ਜਿਹੜਾ ਆਪਣਾ ਵੀਡੀਓ ਬਣ ਰਹੀ ਆ, ਕਿਉਂਕਿ ਥੋੜ੍ਹਾ ਬਿਜ਼ੀ ਸੀ ਪਰਸਨਲ ਲਾਈਫ ਦੇ ਵਿੱਚ ਵੀ। ਅਤੇ ਉਮੀਦ ਕਰਦੇ ਹਾਂ ਕਿ ਅੱਗੇ ਤੋਂ ਆਪਾਂ ਰੈਗੂਲਰ ਰਹਾਂਗੇ, ਵੀਡੀਓ ਬਣਾਉਂਦੇ ਰਹਾਂਗੇ। ਅਤੇ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਕੀਤਾ, ਕਿਉਂਕਿ ਆਪਣੇ ਜਿਹੜੇ ਆ 1000 ਸਬਸਕ੍ਰਾਈਬਰ ਉਹ ਪੂਰੇ ਹੋ ਚੁੱਕੇ ਆ। ਅਤੇ ਜਲਦੀ ਹੋਈ ਆਪਣਾ ਵਾਚਿੰਗ ਟਾਈਮ ਵੀ ਪੂਰਾ ਹੋ ਜਾਣਾ ਅਤੇ ਚੈਨਲ ਮੋਨੀਟਾਈਜ਼ ਹੋ ਜੂਗਾ। ਅਤੇ ਜਿਨ੍ਹਾਂ ਵੀਰਾਂ ਦੇ ਮੈਸੇਜ ਵੀ ਆਏ ਉਹਨਾਂ ਦਾ ਵੀ ਧੰਨਵਾਦ, ਜਿਨ੍ਹਾਂ ਨੇ ਮੈਸੇਜ ਕਰਕੇ ਪੁੱਛਦੇ ਰਹੇ ਕਿ ਭਾਅ ਜੀ ਵੀਡੀਓ ਨਹੀਂ ਆ ਰਹੀ। ਅਤੇ ਅੱਜ ਆਪਾਂ ਹੈਗੇ ਹਾਂ ਜੀ ਪੋਲੈਂਡ ਦੀ ਇੱਕ ਨਵੀਂ ਸਿਟੀ ਦੇ ਵਿੱਚ, ਜਿਹਦਾ ਨਾਮ ਹੈਗਾ ਜੋਮੈਸ਼ਕ। ਅਤੇ ਆਪਾਂ ਅੱਜ ਜ਼ਿਆਦਾ ਟਾਈਮ ਨਹੀਂ ਵੇਸਟ ਕਰਦੇ, ਵੀਡੀਓ ਛੇਤੀ ਸਟਾਰਟ ਕਰਾਂਗੇ। ਹੈਗੇ ਓਲਡ ਟਾਊਨ ਦੇ ਵਿੱਚ, ਹੁਣੇ ਹੁਣੇ ਪਹੁੰਚੇ ਹਾਂ ਅਤੇ ਚੱਲੇ ਹਾਂ ਓਲਡ ਟਾਊਨ ਵੱਲ ਨੂੰ, ਜਾ ਕੇ ਦੇਖਦੇ ਹਾਂ, ਕਿਉਂਕਿ ਮੈਂ ਵੀ ਫਸਟ ਟਾਈਮ ਵਿਜ਼ਿਟ ਕਰ ਰਿਹਾ। ਜਾ ਕੇ ਦੇਖਦੇ ਹਾਂ ਕਿੱਦਾਂ ਦਾ ਹੁੰਦਾ, ਕੀ ਐਕਸਪੀਰੀਅੰਸ ਹੁੰਦਾ। ਸਮਰ ਸੀਜ਼ਨ ਜਿਹੜਾ ਸਟਾਰਟ ਹੋ ਗਿਆ ਆ, ਧੁੱਪਾਂ ਲੱਗਣ ਲੱਗ ਪਈਆਂ। ਅਤੇ ਹੁਣ ਜਿਹੜੇ ਆ ਵਧੀਆ ਰਹਿਣੇ ਦਿਨ, ਕਿਉਂਕਿ ਠੰਡ ਦੇ ਵਿੱਚ ਤਾਂ ਬਾਹਰ ਨਿਕਲਣ ਨੂੰ ਜੀ ਨਹੀਂ ਕਰਦਾ, ਠੰਡ ਜ਼ਿਆਦਾ ਪੈਂਦੀ ਆ। ਅਤੇ ਇਹਦੇ ਸਭ ਤੋਂ ਪਿਆਰਾ ਜਿਹੜਾ ਚੀਜ਼ ਵੇਖਣ ਵਾਲੀ ਹੈ ਉਹ ਹੈਗਾ ਆਰਕੀਟੈਕਚਰ। ਸਟਰੀਟ ਦਾ ਨਾਮ ਹੈਗਾ ਆ ਸਾਲਟ। ਅਤੇ ਸਭ ਤੋਂ ਬੈਸਟ ਵਿਊ ਜਿਹੜਾ ਬੈਸਟ ਚੀਜ਼ ਇੱਥੋਂ ਦੀ ਵੇਖਣ ਵਾਲੀ ਆ ਉਹ ਹੈਗਾ ਕਿ ਕਲਰਫੁੱਲ ਬਿਲਡਿੰਗਸ, ਬਹੁਤ ਵਧੀਆ ਆਰਕੀਟੈਕਚਰ ਜਿਹੜਾ ਵਧੀਆ ਬਣਿਆ ਹੋਇਆ। ਅਤੇ ਕਲਰਫੁੱਲ ਇਹਨਾਂ ਦੀਆਂ ਬਿਲਡਿੰਗਸ ਹੈਗੀਆਂ, ਉਹੀ ਦੇਖਦੇ ਹਾਂ, ਕਿਉਂਕਿ ਮੈਂ ਵੀ ਸਰਚ ਕੀਤਾ ਸੀ ਥੋੜ੍ਹਾ ਜਿਹਾ, ਉਸਦੇ ਅਕੋਰਡਿੰਗ ਦੇਖਦੇ ਹਾਂ ਕਿੰਨਾ ਕੁ ਵਧੀਆ ਲੱਗਦਾ ਸਿਸਟਮ ਜੋ ਵੀ ਹੈ। ਓਲਡ ਟਾਊਨ ਸਕੇਅਰ ਪੋਲੈਂਡ ਦਾ ਆਲਮੋਸਟ ਸਾਰੀਆਂ ਜੋ ਚੰਗੀਆਂ ਸਿਟੀ ਹੈਗੀਆਂ ਉਹਨਾਂ ਦੇ ਵਿੱਚ ਓਲਡ ਟਾਊਨ ਅਤੇ ਡਾਊਨ ਟਾਊਨ ਦੋ ਵੱਖੋ ਵੱਖਰੇ ਇਹਨਾਂ ਨੇ ਬਣਾਏ ਹੋਏ ਆ। ਓਲਡ ਟਾਊਨ ਉਹ ਜੋ ਟੂਰਿਸਟ ਪਲੇਸ ਰਹਿ ਗਈਆਂ ਹੁਣ, ਕਿਉਂਕਿ ਵਰਲਡ ਵਾਰ ਦੇ ਵਿੱਚ ਡਿਸਟਰੋਏ ਹੋ ਗਈਆਂ ਸੀਗੀਆਂ। ਅਤੇ ਡਾਊਨ ਟਾਊਨ ਉਹ ਜਿਹੜਾ ਲਿਵਿੰਗ ਏਰੀਆ ਜਿੱਥੇ ਔਫਿਸ ਹੋ ਗਏ, ਇਹ ਵੀ ਸਾਰਾ ਵਰਸਾ ਉਹਦੀ ਜ਼ਰਾ ਹੀ ਹੈ। ਵਰਸਾ ਦੇ ਵਿੱਚ ਜਿੱਦਾਂ ਓਲਡ ਟਾਊਨ ਸੀਗਾ ਉਸੇ ਤਰ੍ਹਾਂ ਹੀ ਆ ਦੇਖੋ ਕਿੰਨੀਆਂ ਕਲਰਫੁੱਲ ਬਿਲਡਿੰਗਸ ਆਉਂਦੀਆਂ।
आधा घंटा घर होंगे। एक लोकेशन जी बहुत चंगी आ, शाम को पूरी रौनक लगती है, आप टाइम तो पहला आ गए हैं। वो रेस्टोरेंट वगैरह और रेस्टोरेंट बाहर सीटिंग की हुई रेस्टोरेंट वगैरह वधिया बनाए हुए हैं, अंडरग्राउंड भी है कम। आ जड़ी पुरानी बिल्डिंग उस तरह ही बनी हुई है, इन्हू रेनोवेट नहीं किया। पुराने टाइम के जेल के तौर पर वरती जाती थी जर्मन वाले वालों, जो तो वर्ल्ड वॉर चलता सी, उस तरह दुरानी कंधा खड़िया है। वर्ल्ड वॉर के टाइम यह जेल के तौर पर वरती जाती थी। चारब का आर्किटेक्चर बहुत ही घैंट आ, मतलब ऐ लगता भी यार कितना टाइम खपाया होगा इन्होंने, ठीक है ना, भी कितना टाइम लाया होना। यार बड़ी वाइब भी बड़ी घैंट आ। सारा वही है जेल का सिस्टम, इतने रखते होंगे जी पोलैंड के कैदियों, जोड़े लोग बंदी बना के रखे हुए थे। वर्ल्ड वॉर के सब तो वध जिहड़ा तशद्दुद होया हो वो तो पोलैंड के लोगों का ही होया, उदों दी ही बनाईया हुई कंधा, इनू रेनोवेट नहीं किया, उही साइन इन्हां दे हैगे आ उदों दे। बिल्डिंगां वेखो आ भी पुरानी बिल्डिंग, पुराने उस तरह ही दरवाजे खड़े। सारिया उस तरह ही मूवीज के देखिया हुई कल्चर सामभ के रखा उन्होंने। सिटी के बारों बार पार्क बनाया हुआ, पार्क चले बाकी गलों दलों, बट लोकेशन बहुत सोहनी आ, इतने बहुत सोहनी लोकेशन आ। पोलैंड के बाकी भी छोटे शहर वेखे आ, बट जिनी वधिया लोकेशन और जिनी ग्रीनरी इतने वेखी आ वो कितने है नहीं, बाले घैंट आ। पार्क देखो कितना वधिया बनाया,
ਤਾਂ ਯੂਰਪ ਦੇ ਵਿੱਚ ਦਿਲ ਲੱਗਦਾ ਮਾਂ ਸੀਜ਼ਨ ਸਟਾਰਟ ਹੋ ਗਿਆ ਦਰਖਤਾਂ ਦੇ ਪੱਤੇ ਆਉਣੇ ਸਟਾਰਟ ਹੋ ਗਏ ਪਲੱਸ ਕਲਰ ਥੋੜ੍ਹਾ ਥੋੜ੍ਹਾ ਚੇਂਜ ਹੋਣਾ ਸਟਾਰਟ ਹੋ ਗਿਆ ਆਹ ਵੇਖੋ ਜਿੱਦਾਂ ਉਹ ਸਾਹਮਣੇ ਯੈਲੋ ਵਾਲੇ ਹੈਗੇ ਆ ਇਹਨਾਂ ਦੇ ਵਿਚਾਰਿਆਂ ਦੇ ਕਿੰਨੇ ਕਿੰਨੇ ਮਹੀਨੇ ਹੋ ਗਏ ਬਰਫਾਂ ਪਈਆਂ ਨੂੰ ਹੁਣ ਕਿਤੇ ਜਾ ਕੇ ਸਾਹ ਆਇਆ ਹੁਣ ਸਹੀ ਹੋਇਆ ਨਵੇਂ ਪੱਤੇ ਹੁਣ ਆਉਣੇ ਸਟਾਰਟ ਹੋਏ ਆ ਘੁੰਮਣ ਫਿਰਨ ਵਾਸਤੇ ਪੋਲੈਂਡ ਆਉਣਾ ਚਾਹੁੰਦੇ ਆ ਜਾਂ ਯੂਰਪ ਵੈਸੇ ਵੀ ਟਰੈਵਲ ਕਰਨਾ ਘੁੰਮਣ ਫਿਰਨ ਵਾਸਤੇ ਸਰਦੀਆਂ ਦੇ ਵਿੱਚ ਨਾ ਆਓ ਸਰਦੀਆਂ ਦੇ ਵਿੱਚ ਕਿਉਂਕਿ ਆਪਣੇ ਇੰਡੀਅਨ ਬੋਡੀਜ਼ ਨੇ ਸਰਦੀਆਂ ਦੇ ਵਿੱਚ ਨਹੀਂ ਇੰਨਾ ਆਪਾਂ ਘੁੰਮ ਫਿਰ ਸਕਦੇ ਕਿਉਂਕਿ ਠੰਡ ਬਹੁਤ ਜ਼ਿਆਦਾ ਹੁੰਦੀ ਆ ਪਲੱਸ ਉੱਦਾਂ ਵੀ ਘੁੰਮਣ ਫਿਰਨ ਨੂੰ ਨਹੀਂ ਬਹੁਤੀਆਂ ਜਗ੍ਹਾਵਾਂ ਜਿਹੜੀਆਂ ਉਹ ਕਲੋਜ਼ ਹੀ ਰਹਿੰਦੀਆਂ ਬਟ ਇਹ ਕਿ ਅਗਰ ਵਿੰਟਰ ਦੇ ਵਿੱਚ ਸਮਰ ਸੀਜ਼ਨ ਦੇ ਵਿੱਚ ਆਉਂਦੇ ਹਾਂ ਤਾਂ ਬਹੁਤ ਵਧੀਆ ਘੁੰਮਣ ਫਿਰਨ ਨੂੰ ਹੁਣੇ ਤੋਂ ਹੀ ਹੋ ਗਏ ਆ ਯੈਲੋ ਸਟਾਰਟ ਕਲਰ ਥੱਲੇ ਵੀ ਫਲਾਵਰ ਫੁੱਲ ਖਿੜਨੇ ਸਟਾਰਟ ਹੋ ਗਏ ਕਿਉਂਕਿ ਹੁਣ ਧੁੱਪਾਂ ਲੱਗਣ ਲੱਗ ਗਈਆਂ ਪ੍ਰੋਪਰ ਔਰ ਨੈਕਸਟ 2 ਮਹੀਨੇ ਵਧੀਆ ਹੁਣ ਗਰਮੀ ਪੈਣ ਲੱਗ ਜਾਣੀ ਫਿਰ ਸਹੀ ਹੋ ਜਾਣਾ ਕੰਮ ਕੁਦਰਤ ਦੇ ਨਜ਼ਾਰੇ ਇੱਧਰ ਵੀ ਹਰਿਆਲੀ ਆਉਣ ਲੱਗ ਗਈ ਥੋੜ੍ਹੀ ਥੋੜ੍ਹੀ ਦਰਖਤਾਂ ਦੇ ਪੋਲੈਂਡ ਵਾਲਿਆਂ ਨੇ ਆਪਣਾ ਬਹੁਤ ਵਧੀਆ ਤਰੀਕੇ ਨਾਲ ਸਾਂਭ ਸੰਭਾਲ ਕੀਤੀ ਹੋਈ ਹੈ ਹਰ ਇੱਕ ਚੀਜ਼ ਦੀ ਕੋਈ ਵੀ ਛੋਟਾ ਮੋਟਾ ਕੋਈ ਛੱਪੜ ਕੋਈ ਲੇਕ ਹੈਗੀ ਹੈ ਨਾ ਉਹਨੂੰ ਬਹੁਤ ਵਧੀਆ ਤਰੀਕੇ ਨਾਲ ਸਾਂਭ ਕੇ ਰੱਖਿਆ ਹੋਇਆ ਉਹ ਉਸੇ ਨੂੰ ਟੂਰਿਸਟ ਅਟਰੈਕਸ਼ਨ ਬਣਾਤੀ ਆ ਲੇਕ ਵੈਸੇ ਸੁੱਕੀ ਪਈ ਹਾਲੇ ਪਾਣੀ ਥੋੜ੍ਹਾ ਛੱਪੜ ਜਿਹਾ ਤਾਂ ਹਾਂਜੀ ਗਾਇਸ ਇਹ ਸੀਗਾ ਅੱਜ ਦਾ ਆਪਣਾ ਵਲੋਗ ਅਤੇ ਆਈ ਹੋਪ ਸੋ ਤੁਹਾਨੂੰ ਵੀਡੀਓ ਪਸੰਦ ਆਈ ਹੋਊਗੀ ਕਾਫੀ ਟਾਈਮ ਬਾਅਦ ਜਿਹੜੀ ਬਣਾਈ ਆ ਅਤੇ ਜੇ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜਲਦੀ ਮਿਲਦੇ ਹਾਂ ਆਪਾਂ ਨਵੀਂ ਵੀਡੀਓ ਦੇ ਵਿੱਚ ਅਤੇ ਨਵੀਂ ਲੋਕੇਸ਼ਨ ਦੇ ਨਾਲ ਔਰ ਕੋਸ਼ਿਸ਼ ਕਰਾਂਗੇ ਕਿ ਵਲੋਗ ਜਿਹੜੇ ਆ ਉਹ ਕੰਟੀਨਿਊ ਆਉਂਦੇ ਰਹਿਣ ਉਹਦੇ ਲਈ ਬਾਏ ਬਾਏ।